CIA ਪੁਲਿਸ ਵਿੱਚ ਤਾਇਨਾਤ ਮਹਿਲਾ ਪੁਲਿਸ ਕਰਮੀ ਉਸ ਦੀ ਮਾਂ ਤੇ ਉਸ ਦੇ ਪਤੀ ਉੱਤੇ ਸਰਕਾਰੀ ਨੌਕਰੀ ਲਗਵਾਉਣ ਦੇ ਨਾਮ ਉੱਤੇ 4 ਲੱਖ ਰੁਪਏ ਠੱਗਣ ਦਾ ਇਲਜ਼ਾਮ ਲੱਗਿਆ। ਬਠਿੰਡਾ ਵਿੱਚ ਰਹਿਣ ਵਾਲੇ ਜੱਗਾ ਰਾਮ ਦੇ ਇਲਜ਼ਾਮਾਂ ਮੁਤਾਬਕ ਘਰ ਵਿੱਚ ਬਿਊਟੀ ਪਾਰਲਰ ਚਲਾਉਂਦੀ ਉਹਨਾਂ ਦੀ ਪਤਨੀ ਨੂੰ ਮਹਿਲਾ ਮਧੂ ਨੇ ਉਸ ਦੇ ਪੁੱਤਰਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਹੈ। ਪਰਿਵਾਰ ਵਾਲੇ ਉਸ ਦੀਆਂ ਗੱਲਾਂ ਵਿੱਚ ਆ ਗਏ ਤੇ ਜਲਦਬਾਜ਼ੀ ਵਿੱਚ ਨੌਕਰੀ ਲਾਉਣ ਲਈ 4 ਲੱਖ ਰੁਪਏ ਦੇ ਦਿੱਤੇ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਮਧੂ ਨੇ ਉਹਨਾਂ ਦੇ ਇੱਕ ਬੇਟੇ ਨੂੰ ਪੁਲਿਸ, ਦੂਜੇ ਨੂੰ ਬੈਂਕ ਤੇ ਤੀਸਰੇ ਨੂੰ ਚਪੜਾਸੀ ਦੇ ਜੁਆਇਨਿੰਗ ਲੈਟਰ ਵੀ ਦੇ ਦਿੱਤੇ। ਉਹਨਾਂ ਕਿਹਾ ਕਿ ਇੱਥੋਂ ਤੱਕ ਕਿ ਉਹਨਾਂ ਨੂੰ ਪੁਲਿਸ ਦੀ ਵਰਦੀ ਤੱਕ ਵੀ ਦਵਾ ਦਿੱਤੀ ਗਈ। ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ 3 ਭਰਾਵਾਂ ਨੂੰ ਨੌਕਰੀ ਲਵਾ ਦਾਂਗੇ ਤੇ ਪਹਿਲੇ ਮੇਰੇ ਛੋਟੇ ਭਾਈ ਨੂੰ ਤਾਂ ਕਿਹਾ ਵੀ ਪੰਜਾਬ ਪੁਲਿਸ 'ਚ ਲਵਾ ਦਾਂਗੇ, ਉਹਦਾ 3 ਲੱਖ ਰੁਪਈਆ ਇਹਨਾਂ ਨੇ ਕੀਤਾ ਤੇ ਜਿਹੜੇ ਦੂਜੇ ਅਸੀਂ 2 ਭਰਾ ਰਹਿ ਗਏ ਸੀ ਉਹਨਾਂ ਦਾ 50-50 ਹਜ਼ਾਰ ਰੁਪਈਆ ਕੀਤਾ ਵੀ 4 ਲੱਖ ਰੁਪਈਆ ਤੁਸੀਂ ਦੇ ਦਿਓ ਸਾਨੂੰ ਨੌਕਰੀ ਲਵਾ ਦਾਂਗੇ। ਅਤੇ ਆਪ ਜਾ ਕੇ ਜੀ ਮੇਰੇ ਛੋਟੇ ਭਰਾ ਨੂੰ ਨਾਲ ਲਿਆ ਕੇ ਨੁਕਸਤੀ ਪੱਤਰ ਆਏ ਘਰੇ ਫੜਾ ਕੇ ਗਏ, ਇੱਕ ਡਾਕ ਰਾਹੀ ਆਇਆ, ਆਪ ਆ ਕੇ ਘਰੇ ਦੇ ਕੇ ਜਾਂਦੇ, ਪੈਸੇ ਵੀ ਲੈ ਕੇ ਜਾਂਦੇ ਸੀ ਜਦੋਂ ਵੀ ਆਉਣਾ ਇਹਨਾਂ ਨੇ ਪੈਸੇ ਲੈ ਕੇ ਜਾਣੇ। 6 ਮਹੀਨੇ ਹੋ ਗਏ ਸਾਨੂੰ ਲਾਰੇ ਲਾਉਂਦੇ ਨੂੰ, 6 ਮਹੀਨੇ ਇਹਨੇ ਜੁਆਇਨਿੰਗ ਲੈਟਰਾਂ ਸਾਨੂੰ ਉਲਝਾਈ ਰੱਖੇ, ਪੈਸੇ ਲੈਣ ਦੀ ਪੂਰੀ ਇਹਨਾਂ ਨੇ ਚਾਲ ਬਣਾਈ ਹੋਈ ਸੀ, ਪੂਰੀ ਰੀਲ ਕਮਾਈ ਰੱਖੀ, ਪੈਸੇ ਕੱਢੀ ਠੱਗੀ ਜਾਈਏ। ਉਦੋਂ ਬਾਅਦ ਇਹ ਫਿਰ ਕਹਿੰਦੇ ਵੀ ਪੈਸੇ ਦਿਓ ਪੈਸੇ, ਅਤੇ ਰਾਜਨ ਮੇਰਾ ਬੇਟਾ ਕਹਿੰਦਾ ਵੀ ਮੈਂ ਪੈਸੇ ਕਾਹਤੇ ਦੇਵਾਂ, ਉਹ ਰਾਜਨ ਨੇ ਕਿਹਾ ਵੀ ਮੈਂ ਨਹੀਂ ਹੁਣ ਪੈਸੇ ਤੁਹਾਨੂੰ ਦਿੰਦਾ ਗਾ, ਪੈਸੇ ਦੇਣੇ ਅਸੀਂ ਬੰਦ। ਸਾਡੀ ਮੰਗ ਇਹ ਹੈ ਜੀ ਸਾਨੂੰ ਇਨਸਾਫ਼ ਮਿਲੇ ਜੀ, ਸਾਨੂੰ ਸਾਡੇ ਪੈਸੇ ਮਿਲ ਜਾਣ ਜੀ, ਇਹ ਬੰਦੇ ਦੋਸ਼ੀ ਹੈ ਜਿਹੜੇ ਇਹਨਾਂ ਨੂੰ ਕਾਰਵਾਈ ਕੀਤੀ ਜਾਵੇ। ਆਖਰ ਸਾਰੇ ਮਾਮਲੇ ਦੀ ਪੋਲ ਖੁੱਲ ਗਈ। ਜਦੋਂ ਉਹਨਾਂ ਨੂੰ ਧੋਖੇ ਬਾਰੇ ਪਤਾ ਲੱਗਿਆ ਤਾਂ ਪਰੇਸ਼ਾਨ ਹੋ ਕੇ ਪੀੜਿਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਸੰਬੰਧੀ DSP City 2 ਨੂੰ ਅਸੀਂ ਮਾਰ ਕਰਤੀ ਹੈ ਕੰਪਲੇਂਟ, ਅਤੇ ਜੋ ਵੀ ਸੱਚਾਈ ਹੋਊਗੀ, ਚਾਹੇ ਕੋਈ ਕੋਈ ਵੀ ਇਹਦੇ ਵਿੱਚ ਆਉਂਦਾ ਹੈ, ਚਾਹੇ ਕਿਸੇ ਵੀ ਮਹਿਕਮੇ ਨਾਲ ਰਿਲੇਟਡ ਆ ਬੰਦਾ, ਉਹਦੇ ਖਿਲਾਫ਼ ਪੜਤਾਲ ਅਤੇ ਜੋ ਵੀ ਬਣਦਾ ਉਹ ਕਾਰਵਾਈ ਕੀਤੀ ਜਾਊਗੀ। ਇਸ ਮਾਮਲੇ ਬਾਰੇ SP ਗੁਰਮੀਤ ਸਿੰਘ ਨੇ ਕਿਹਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਹੋ ਰਹੀ ਹੈ। ਉਹਨਾਂ ਕਿਹਾ ਕਿ ਦੋਸ਼ੀ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ। ਫਿਲਹਾਲ ਇਸ ਪੂਰੇ ਮਾਮਲੇ ਉੱਤੇ ਮਹਿਲਾ ਪੁਲਿਸ ਕਰਮੀ ਨੇ ਆਪਣੀ ਕੋਈ ਸਫਾਈ ਨਹੀਂ ਦਿੱਤੀ। ਬਠਿੰਡਾ ਤੋਂ ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ ਲਈ।